ਅਕਾਲ ਜੀ। ਅੱਜ ਹੁਣੇ ਹੀ ਸਾਰੇ ਅਜਨਾਲੀ ਸਾਈਡ ਤੇ ਬਾਰਡਰ ਸਾਈਡ ਦੇ ਪਿੰਡਾਂ 'ਚ ਹੋ ਕੇ ਆ ਰਹੇ ਹਾਂ ਔਰ ਬਹੁਤ ਲੋਕਾਂ 'ਚ ਸੰਘਰਸ਼ ਨੂੰ ਲੈ ਕੇ ਉਤਸ਼ਾਹ ਵੀ ਆ ਔਰ ਗੰਭੀਰਤਾ ਨਾਲ ਵਿਚਾਰ ਵੀ ਕਰ ਰਹੇ ਕਿ ਸਰਕਾਰ ਜਿਸ ਤਰੀਕੇ ਨਾਲ ਨਾ ਪੱਖੀ ਰਵੱਈਆ ਅਪਣਾ ਕੇ ਬੈਠੀ ਹੈ ਉਹਦੇ 'ਤੇ ਲੋਕਾਂ ਨੂੰ ਬਹੁਤ ਮਨ ਦੇ ਵਿੱਚ ਇੱਕ ਗੁੱਸਾ ਹੈ। ਸੋ ਅੱਜ ਸਾਰੀ ਲੀਡਰਸ਼ਿਪ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੀ ਹੋਵੇ, ਰਾਜਨੀਤਿਕ ਦੇ ਨਾਲ, ਗੈਰ ਰਾਜਨੀਤਿਕ ਦੇ ਨਾਲ, ਸਮਾਜ ਸੇਵੀ ਸੰਸਥਾਵਾਂ, ਆਪਾਂ ਨੂੰ ਸਭਨਾਂ ਨੂੰ ਇਸ ਚੀਜ਼ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਖੜਾ ਹੋਣਾ ਚਾਹੀਦਾ ਕਿਉਂਕਿ ਜੇ ਦੇਸ਼ ਦੇ ਵਿੱਚ ਕਿਤੇ ਵੀ ਲੋੜ ਪਈ ਹੈ ਤਾਂ ਕਿਸਾਨ ਮਜ਼ਦੂਰ ਹਮੇਸ਼ਾ ਹੀ, ਉਹਨਾਂ ਦੇ ਬੱਚੇ ਹਮੇਸ਼ਾ ਹੀ ਅੱਗੇ ਰਹੇ ਨੇ, ਚਾਹੇ ਇੱਕ ਫੌਜੀ ਦੇ ਰੂਪ 'ਚ ਹੋਵੇ, ਚਾਹੇ ਸਪੋਰਟਸਮੈਨ ਦੇ ਰੂਪ ਦੇ ਵਿੱਚ ਹੋਵੇ, ਤਕਰੀਬਨ ਸਾਰੇ ਜ਼ਿਆਦਾਤਰ ਉਹੀ ਹਰ ਜਗ੍ਹਾ 'ਤੇ ਲੜਾਈ ਲੜਦੇ ਵੀ ਨੇ, ਬਾਰਡਰ ਵੀ ਜਿੱਤਦੇ ਨੇ ਔਰ ਖੇਡ ਦੇ ਮੈਦਾਨ 'ਚ ਵੀ ਜਿੱਤ ਪੈਦਾ ਕਰਦੇ ਨੇ। MSP ਦਾ ਕਾਨੂੰਨ ਜਿਹੜਾ ਹੈ ਬੜੇ ਚਿਰ ਦੀ ਲਟਕਦੀ ਮੰਗ ਹੈ ਔਰ ਸਵਾਮੀਨਾਥਨ C2+50% ਜਿਹੜੀ ਡਿਮਾਂਡ ਹੈ ਇਹ ਜਦੋਂ ਵੀ ਸਰਕਾਰ ਕੋਈ ਬਾਹਰ ਹੁੰਦੀ ਹੈ ਪਾਵਰ ਤੋਂ ਉਦੋਂ ਇਸ ਚੀਜ਼ ਨੂੰ ਮੰਨਦੇ ਨੇ। ਜਿੱਦਾਂ ਹੁਣ ਮੋਦੀ ਸਾਹਿਬ ਦਾ ਅਸੀਂ ਭਾਸ਼ਣ ਪਿਛਲੇ ਹੁਣ ਸੁਣਾ ਰਹੇ ਹਾਂ ਸਾਰੀ ਜਗ੍ਹਾ 'ਤੇ ਕਿਉਂਕਿ ਅੱਜ ਯੁੱਗ ਬਦਲ ਗਿਆ, ਅੱਜ ਅੱਗੇ ਖਬਰਾਂ ਅਖਬਾਰਾਂ ਬੰਦ ਹੋ ਜਾਂਦੀਆਂ ਸੀ ਅਤੇ ਬੰਦੇ ਨੂੰ ਪਤਾ ਨਹੀਂ ਸੀ ਲੱਗਦਾ, ਪਰ ਅੱਜ ਹਰ ਕੋਈ ਅਖਬਾਰ ਦੇ ਨਾਲ ਅਟੈਚ ਹੈ, ਸੋਸ਼ਲ ਮੀਡੀਆ ਨਾਲ ਅਟੈਚ ਹੈ ਅਤੇ ਪੁਰਾਣੀ ਗੱਲ ਸਾਰੀ ਉਹਨਾਂ ਦੀ ਦਿਖ ਰਹੀ ਹੈ ਕਿ ਕਿਵੇਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਜਦੋਂ ਮੈਂ ਪਾਵਰ 'ਚ ਆਊਂਗਾ, ਜਦੋਂ ਇਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿ ਸਭ ਤੋਂ ਪਹਿਲਾਂ ਇਹ MSP ਦੀ ਗਰੰਟੀ ਹੋਏਗੀ। ਇੱਕ ਬਹੁਤ ਭੁਲੇਖਾ ਪਾਇਆ ਜਾ ਰਿਹਾ ਸਾਰਿਆਂ ਨੂੰ ਕਿ ਸਾਨੂੰ 20 ਲੱਖ ਕਰੋੜ ਰੁਪਈਆ ਚਾਹੀਦਾ ਸਾਰੀ ਫਸਲ ਖਰੀਦਣ ਲਈ। ਮੈਂ ਕਹਿਣਾ ਚਾਹੁੰਦਾ ਕਿ ਫਸਲ ਤੁਸੀਂ ਕਿਉਂ ਖਰੀਦਣੀ ਹੈ, ਪ੍ਰਾਈਵੇਟ ਭਾਵੇਂ ਖਰੀਦਣ, ਤੁਸੀਂ ਰੇਟ ਤੈਅ ਕਰ ਦਿਓ ਨਾ, ਇਹ ਤੋਂ ਘੱਟ ਨਹੀਂ ਕੋਈ ਖਰੀਦ ਸਕਦਾ। ਅੱਜ ਪਿਆਜ਼ ਜਿਹੜਾ ਉਹ ਸੜਕਾਂ 'ਤੇ ਰੁੜ ਰਿਹਾ, ਬਠਿੰਡੇ ਸਾਈਡ 'ਤੇ ਕਿੰਨੂ ਜਿਹੜੇ ਹੈ ਉਹ ਸਾਰੇ ਅਬੋਹਰ ਸਾਈਡ 'ਤੇ, ਮਤਲਬ ਉਹਨਾਂ ਨੇ ਸੜਕਾਂ 'ਤੇ ਢੇਰ ਲਾ ਦਿੱਤੇ ਆ ਟਰਾਲੀਆਂ ਦੇ ਟਰਾਲੀਆਂ, ਇੰਨੀ ਫਸਲ ਪੈਦਾ ਕੀਤੀ ਪਿਆਰ ਦੇ ਨਾਲ ਸੁੱਟਣੀ ਪੈ ਰਹੀ ਹੈ ਅਤੇ ਇਹ ਮੀਂਹਾਂ ਦਿਨਾਂ ਬਾਅਦ ਇਹੀ ਰੇਟ ਜਿਹੜਾ ਆਪ ਹੋਣਾ ਹੈ। ਕਿਉਂ ਨਹੀਂ ਸਰਕਾਰ ਇਸ ਚੀਜ਼ ਦਾ ਖਿਆਲ ਰੱਖਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਰੇਟ ਤੈਅ ਕਰਨ ਦੇ ਵਿੱਚ ਕੋਈ ਮੁਸ਼ਕਲਾਂ ਨਹੀਂ ਆਉਣੀ ਚਾਹੀਦੀ। ਤੁਸੀਂ ਰੇਟ ਤੈਅ ਕਰ ਦਿਓ, ਪ੍ਰਾਈਵੇਟ ਪਲੇਅਰ ਵੀ ਖਰੀਦ ਸਕਦੇ ਆ, ਉਸ ਰੇਟ ਤੋਂ ਘੱਟ ਨਾ ਖਰੀਦਣ, ਜ਼ਿਮੀਦਾਰ ਨੂੰ ਪੂਰਾ ਰੇਟ ਦੇ ਕੇ ਜਾਣ। ਅੱਜ ਕੋਈ ਵੀ ਜਿਹੜੀ ਸਬਜ਼ੀਆਂ ਖਾਸ ਕਰ, ਕਿਉਂਕਿ ਇਹ 12 ਮਹੀਨੇ ਹੀ ਕੋਈ ਨਾ ਕੋਈ ਫਸਲ ਆਈ ਰਹਿੰਦੀ ਹੈ, ਉਹਦਾ ਭਾਅ ਜਦੋਂ ਜ਼ਿਮੀਦਾਰ ਦੀ 10-20 ਦਿਨ ਫਸਲ ਟੁੱਟਦੀ ਹੈ ਉਹ 5-7 ਰੁਪਏ ਹੁੰਦਾ ਅਤੇ ਉਹੀ ਫਸਲ ਦੁਕਾਨਦਾਰ ਕੋਲ ਜਾ ਕੇ 35-40 ਰੁਪਏ ਕਿਲੋ ਵਿਕਦੀ ਹੈ। ਕੰਜ਼ਿਊਮਰ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਇਹ ਕਹਿੰਦੇ ਕਿ ਕੰਜ਼ਿਊਮਰ ਨੂੰ ਮਹਿੰਗਾ ਮਿਲੇਗਾ, ਬਿਲਕੁਲ ਨਹੀਂ, ਕੰਜ਼ਿਊਮਰ ਨੂੰ ਕੋਈ ਨੁਕਸਾਨ ਨਹੀਂ ਹੋਣਾ, ਜਿਹੜਾ ਵਿਚਲੀ ਬਲੈਕ ਮਾਰਕੀਟਿੰਗ ਹੈ ਉਹ ਬੰਦ ਹੋਣੀ ਹੈ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਤਗੜੇ ਹੋ ਕੇ ਇਹਦਾ ਸਾਥ ਦੇਣਾ ਚਾਹੀਦਾ। ਮੈਂ ਕਹਿਣਾ ਚਾਹੁੰਦਾ ਕਿ ਖਾਸ ਕਰ BJP ਔਰ ਉਹਦੇ ਅਲਾਇੰਸ ਪਾਰਟੀਆਂ ਜਿਹੜੀਆਂ ਨੇ ਸੋਚਣ, ਕਿਉਂਕਿ ਇਹ ਸਾਰੇ ਦੇਸ਼ ਦਾ ਮਸਲਾ ਆ, ਪੰਜਾਬ ਦੀ ਹਿੱਸੇ ਆ ਇਹ ਸੰਘਰਸ਼ ਲੜਨੇ, ਪਰ ਇਹ ਮਸਲਾ ਸਾਰੇ ਦੇਸ਼ ਦਾ ਹੈ। ਮੈਂ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ ਸਾਰੇ ਲੀਡਰ ਸਾਹਿਬਾਨ ਨੂੰ ਕਿ ਕਿਰਪਾ ਕਰਕੇ ਤੁਸੀਂ ਦਬਾਅ ਬਣਾਓ, ਜੇ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਆਪਣੇ ਰਿਜ਼ਾਈਨ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਮੁੱਖ ਰੱਖਦੇ ਹੋਏ, ਸਾਡੀ 80% ਖੇਤੀ ਨੂੰ ਮੁੱਖ ਰੱਖਦੇ ਹੋਏ,
ਤੇ ਜਿਹੜੇ ਤੁਸੀਂ ਲੀਡਰ ਬਣੇ ਵੀ ਜੇ ਮੇਰਾ ਮੰਨਣਾ ਕਿ ਮੈਕਸੀਮਮ ਵੋਟਾਂ ਮਜ਼ਦੂਰ ਦੀਆਂ ਕਿਸਾਨਾਂ ਦੀਆਂ ਪਈਆਂ ਹੋਣਗੀਆਂ, ਤੁਹਾਨੂੰ ਸਾਰਿਆਂ ਨੂੰ ਰਿਜ਼ਾਈਨ ਦੇ ਦੇਣੇ ਚਾਹੀਦੇ ਆ ਤਾਂ ਕਿ ਸਰਕਾਰ ਜੇ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਨੇ, ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦੇ ਨੇ, ਉਹਨਾਂ 'ਤੇ ਤੁਸੀਂ ਇੱਕ ਦਬਾਅ ਬਣਾਓ। ਸਮੁੱਚੀ ਲੀਡਰਸ਼ਿਪ ਜਿਹੜੀ ਹੈ ਬੀਜੇਪੀ ਦੀ, ਖਾਸ ਕਰ ਜਿਹੜੀ ਕਿਸਾਨੀ ਮਜ਼ਦੂਰੀ ਨੂੰ ਬਿਲੋਂਗ ਕਰਦੀ ਅਤੇ ਦੂਸਰੇ ਵੀ ਸਾਰੇ, ਕਿਉਂਕਿ ਚਾਹੇ ਉਹ ਅਰਬਨ ਏਰੀਏ 'ਚ ਨੇ ਚਾਹੇ ਰੂਰਲ 'ਚ ਨੇ, ਅਰਬਨ ਏਰੀਏ ਵਾਲੇ ਵੀ ਲੋਕ ਜਿਹੜੇ ਆ ਇਹ ਕਿਸਾਨੀ ਦੇ ਉੱਤੇ ਹੀ ਡਿਪੈਂਡ ਨੇ, ਕਿਉਂਕਿ ਸਵੇਰੇ ਜਦੋਂ ਵੀ ਕੋਈ ਘਰ 'ਚ ਅੰਨ ਪੱਕਣਾ ਹੈ, ਬੱਚਿਆਂ ਨੇ ਖਾਣਾ ਹੈ, ਤਾਂ ਉਹ ਕਿਸਾਨ ਦੇ ਫਸਲਾਂ ਪੈਦਾ ਹੋਣਗੀਆਂ ਅਤੇ ਤਦ ਹੀ ਹੁੰਦਾ ਹੈ। ਸੋ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਤੁਸੀਂ ਸਾਰੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ, ਮੈਂ ਬੇਨਤੀ ਕਰੂੰਗਾ ਕਿ ਸਾਰੇ ਅੱਜ ਖਲੋ, ਅੱਜ ਸਰਕਾਰ ਨੂੰ ਆਪਣੀ ਨੂੰ ਕਹੋ ਕਿ ਤੁਸੀਂ ਆਪਣੇ ਪਾਰਟੀ ਨੂੰ ਕਹੋ ਕਿ ਤੁਸੀਂ ਇਹਨੂੰ ਲਾਗੂ ਕਰੋ, ਨਹੀਂ ਤਾਂ ਅਸੀਂ ਪੰਜਾਬ ਦੇ ਵਿੱਚੋਂ ਸਾਰੇ ਲੋਕ ਰਿਜ਼ਾਈਨ ਕਰਾਂਗੇ ਔਰ ਕਿਸਾਨ ਮਜ਼ਦੂਰ ਦੇ ਨਾਲ ਖਲੋਵਾਂਗੇ। ਮੈਨੂੰ ਆਸ ਹੈ ਕਿ ਜਿੰਨੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਰਕਾਰ ਦੇ ਉੱਤੇ ਆਪਣੇ ਉੱਪਰ ਪਾਰਟੀ ਦੀ ਲੀਡਰਸ਼ਿਪ 'ਤੇ ਦਬਾਅ ਵੀ ਬਣਾਏਗੀ। ਔਰ ਮੈਂ ਫਿਰ ਤੁਹਾਨੂੰ ਕਹਿ ਦਿਆਂ ਕਿ MSP ਜਿਹੜੀ ਹੈ ਉਹ ਹਰ ਇੱਕ ਵਾਸਤੇ ਹੈ, ਜ਼ਰੂਰੀ ਨਹੀਂ ਕਿ ਸਰਕਾਰ ਨੇ ਹੀ ਉਹ ਮਾਲ ਖਰੀਦਣਾ ਹੈ। ਜਦੋਂ ਪੈਦਾ ਹੋ ਗਿਆ, ਜਦੋਂ ਸਬਜ਼ੀ ਪੈਦਾ ਹੋਣ ਦੀ ਸਰਕਾਰ ਥੋੜ੍ਹਾ ਨਾ ਖਰੀਦ ਰਹੀ ਹੈ, ਔਰ ਡੇਲੀ ਮੰਡੀਆਂ 'ਚ ਆਉਂਦੀ ਹੈ, ਪਰ ਉਹਦਾ ਰੇਟ ਤਾਂ ਤੈਅ ਹੋ ਜਾਣਾ ਕਿ ਸਬਜ਼ੀ ਆਹ ਸਬਜ਼ੀ ਜਿਹੜੀ ਹੈ ਇਸ ਰੇਟ ਤੋਂ ਘੱਟ ਨਹੀਂ ਵਿਕ ਸਕਦੀ, 2 ਰੁਪਏ 5 ਰੁਪਏ ਨਹੀਂ ਵਿਕੂਗੀ। ਹਾਂ ਜੇ ਉਹ ਜ਼ਿਆਦਾ ਆ ਤਾਂ ਸਰਕਾਰ ਉਹਦਾ ਚੁੱਕਣ ਦਾ ਪ੍ਰਬੰਧ ਕਰੇ, ਉਹਦੇ ਇਨਵਾਇਰਮੈਂਟਲ ਸਟੋਰ ਬਣਾਵੇ। ਸੋ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਅਸੀਂ ਪੂਰਨ ਤੌਰ 'ਤੇ ਸਮਰਥਨ ਜਿਹੜਾ ਕਿਸਾਨ ਜਥੇਬੰਦੀਆਂ ਨਾਲ, ਕਿਸਾਨ ਮਜ਼ਦੂਰ ਭਰਾਵਾਂ ਦੇ ਨਾਲ, ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅਗਾਂਹ ਵੀ ਰਹੇਗਾ। ਰਾਹੁਲ ਗਾਂਧੀ ਜੀ ਨੇ ਇਸ ਚੀਜ਼ ਨਾਲ ਵਾਅਦਾ ਕੀਤਾ ਕਿ ਜੇ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਦੀ ਤਾਂ ਅਸੀਂ ਪੂਰਨ ਤੌਰ 'ਤੇ ਪਹਿਲਾ ਕਾਨੂੰਨ ਜਿਹੜੀ ਗਰੰਟੀ ਹੈ ਉਹ MSP ਦੀ ਲੈ ਕੇ ਆਵਾਂਗੇ। ਮੈਂ ਵੇਖ ਰਿਹਾ ਸੀ ਕੁਛ ਲੋਕ ਕਹਿ ਰਹੇ ਸੀ ਕਿ ਤੁਸੀਂ ਆਪਣੇ ਉਸ ਸਮੇਂ ਕਿਉਂ ਨਹੀਂ ਦਿੱਤੀ, ਜੇ ਨਹੀਂ ਦਿੱਤੀ ਤਾਂ ਤੁਹਾਨੂੰ ਪਾਵਰ ਇਸ ਕਰਕੇ ਦਿੱਤੀ ਗਈ ਕਿ ਅਸੀਂ ਨਹੀਂ ਹੀ ਕਰ ਸਕੇ ਉਸ ਸਮੇਂ, ਸਾਡੀ ਪਾਰਟੀ ਨੇ ਨਹੀਂ ਕੀਤਾ। ਪਰ ਜੇ ਅੱਜ ਪਾਰਟੀ ਸਾਡੀ ਮਤਲਬ ਕਹਿ ਰਹੀ ਹੈ ਤਾਂ ਕਰੂਗੀ ਵੀ ਜ਼ਰੂਰ, ਕਿਉਂਕਿ ਸਮੇਂ ਬਦਲਦੇ ਹੁੰਦੇ ਆ, ਸਮੇਂ ਬਦਲਦੇ ਜਾਂਦੇ ਆ, ਹਰ ਗੱਲ ਸਮਝ ਪੈਂਦੀ ਹੈ। ਸੋ ਰਾਹੁਲ ਜੀ ਜਿਸ ਤਰੀਕੇ ਨਾਲ ਭਾਰਤ ਜੋੜੋ ਯਾਤਰਾ ਕੱਢ ਰਹੇ ਨੇ, ਦੂਜੀ ਯਾਤਰਾ ਉਹਨਾਂ ਦੀ ਚੱਲ ਰਹੀ ਹੈ, ਉਹਦੇ 'ਚ ਜਿਹੜੀ ਭਾਵਨਾ ਥੱਲੇ ਗਰਾਊਂਡ ਤੋਂ ਵੇਖ ਕੇ ਆਉਂਦੇ ਨੇ ਉਹ ਪਰਪੱਕਤਾ ਪੈਦਾ ਕਰਦੀ ਬੰਦੇ ਦੇ ਵਿੱਚ ਕਿ ਉਹ ਆਪਣੀ ਗੱਲ ਜਿਹੜੀ ਹੈ ਪੱਖੀ ਜਦੋਂ ਸਾਰਾ ਕੁਝ ਵੇਖਿਆ ਹੋਵੇ ਤਾਂ ਬੰਦਾ ਫਿਰ ਉਹਦੇ 'ਤੇ ਪਰਪੱਕਤਾ ਤੌਰ 'ਤੇ ਪਹਿਰਾ ਵੀ ਦਿੰਦਾ ਹੈ। ਸੋ ਰਾਹੁਲ ਗਾਂਧੀ ਜੀ ਹੁਣ ਆ ਜਿਹੜੀ ਗੱਲ ਕਹੀ ਹੈ ਸਾਡੇ ਲੀਡਰ ਸਾਹਿਬਾਨ ਨੇ, ਅਸੀਂ ਪੂਰਨ ਤੌਰ 'ਤੇ ਉਸ ਗੱਲ ਨਾਲ ਸਹਿਮਤ ਹਾਂ ਔਰ ਖੜਾਂਗੇ ਵੀ। ਔਰ ਜਦੋਂ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਦੀ, ਅਸੀਂ ਲੋਕ ਸਮੁੱਚੇ ਤੌਰ 'ਤੇ ਜਿਹੜੀ MSP ਦੀ ਗਰੰਟੀ ਹੈ ਉਹਦਾ ਕਾਨੂੰਨ ਜਿਹੜਾ ਆ ਉਹ ਪਾਰਲੀਮੈਂਟ 'ਚ ਲੈ ਕੇ ਆਵਾਂਗੇ। ਔਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਵਿਸ਼ਵ ਗੁਰੂ ਵੀ ਬਣੇ ਨੇ, ਬਹੁਤ ਦੁਨੀਆਂ 'ਤੇ ਚਰਚਾ ਆ, ਪਰ ਇਹ ਜਿਹੜੀ ਸੋ ਉਹਨਾਂ ਨੂੰ ਉਹ ਵਿਸ਼ਵ ਗੁਰੂ ਵੀ ਬਣੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ 'ਤੇ ਚਿੰਤਾ ਜ਼ਿਆਦਾ ਕਰਨੀ ਚਾਹੀਦੀ ਹੈ। ਅੱਜ ਸਾਰੀਆਂ ਪਾਰਟੀਆਂ ਮੈਂ ਸਮਝਦਾ ਕਿਉਂਕਿ ਪਿਛੋਕੜ ਸਾਰਿਆਂ ਦਾ ਪਿੰਡੂ ਹੀ ਹੈ ਔਰ ਪਿੰਡਾਂ ਤੋਂ ਹੀ ਰੂਰਲ, ਔਰ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਕਿਸਾਨ ਸਾਡੇ ਫੱਟੜ ਹੋਏ ਨੇ ਅਥਰੂ ਗੈਸ ਨਾਲ, ਜਿਹੜੇ ਬਰਬੜ ਬੁਲਸ ਦੇ ਨਾਲ, ਇੱਕ ਤਾਂ ਉਹਨਾਂ ਦਾ ਇਲਾਜ ਸਰਕਾਰ ਸਾਰਾ ਕਰਾਵੇ ਔਰ ਦੂਸਰਾ ਸਾਨੂੰ ਇੱਕ FIR ਦਰਜ ਕਰਨੀ ਚਾਹੀਦੀ ਹੈ ਕਿ ਸ਼ਾਂਤਮਈ ਸੰਘਰਸ਼ ਕਰਦਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਵਾਰ ਮਤਲਬ ਤਸ਼ੱਦਦ ਕੀਤਾ ਗਿਆ ਉਹਦੇ 'ਤੇ ਆਪਾਂ ਨੂੰ ਸਖ਼ਤੀ ਨਾਲ ਪੇਸ਼ ਹੋਣਾ ਪਏਗਾ, ਕਿਉਂਕਿ ਸ਼ਾਂਤਮਈ
ਜਿਹੜਾ ਸੰਘਰਸ਼ ਹੈ ਜਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਨੂੰ ਕੰਸਟੀਟਿਊਸ਼ਨ ਨੇ ਦਿੱਤਾ ਹੈ। ਇਹ ਕਿਸੇ ਦਾ ਕੋਈ ਕਿਸੇ ਸਟੇਟ ਦਾ ਜਾਂ ਕਿਸੇ ਵਿਸ਼ੇਸ਼ ਆਦਮੀ ਦਾ ਦਿੱਤਾ ਅਧਿਕਾਰ ਨਹੀਂ ਗਾ, ਇਹਦੇ 'ਤੇ ਸਾਨੂੰ ਕੰਸਟੀਟਿਊਸ਼ਨ ਨੇ ਅਧਿਕਾਰ ਦਿੱਤਾ, ਜਿਹਦੇ ਤਹਿਤ ਅੱਜ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਸਾਹਿਬ ਮੁੱਖ ਮੰਤਰੀ ਬਣੇ ਨੇ, ਉਹਨਾਂ ਦੀ ਸਰਕਾਰ ਹੈ ਜਾਂ ਕੋਈ ਪੁਲਿਸ ਦੇ ਲੋਕ ਨੌਕਰੀ ਕਰ ਰਹੇ ਹੋ, ਸੰਵਿਧਾਨ ਦੇ ਤਹਿਤ ਹੀ ਹੈ। ਅਤੇ ਸੋ ਉਹਦੇ 'ਚ ਇਹਨਾਂ ਨੂੰ ਸਾਡਾ ਜਿਹੜਾ ਪੱਖ ਸੀ ਉਹ ਵੇਖਣਾ ਚਾਹੀਦਾ ਸੀ ਕਿਸਾਨ ਮਜ਼ਦੂਰ ਦਾ, ਉਹਨਾਂ ਨੇ ਉਹਨੂੰ ਮਿਸਯੂਜ ਕੀਤਾ। ਇਹਦੇ 'ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਪਰਚਾ ਦਰਜ ਕਰੇ FIR, ਤਾਂ ਕਿ ਅਗਾਂਹ ਕੋਈ ਹਿਮਾਕਤ ਨਾ ਕਰ ਸਕੇ ਪੰਜਾਬ ਦੇ ਕਿਸਾਨ ਦੇ ਨਾਲ, ਮਜ਼ਦੂਰ ਦੇ ਨਾਲ, ਕਿਉਂਕਿ ਇਹਨਾਂ ਨੇ ਦਿੱਲੀ ਜਾਣਾ ਸੀ, ਹਰਿਆਣਾ ਦੇ ਇੱਕ ਰਸਤਾ ਸੀ ਅਤੇ ਰਸਤਾ ਥੋੜ੍ਹਾ ਰੋਕਿਆ ਜਾ ਸਕਦਾ। ਅਜਿਹੀ ਕਿਤੇ ਕਾਂਗਰਸ ਗੌਰਮੈਂਟ ਹੁੰਦੀ, ਕਾਂਗਰਸ ਸਰਕਾਰ ਹੁੰਦੀ ਹਰਿਆਣੇ 'ਚ, ਅਤੇ ਕਿਸਾਨ ਅੱਜ ਦਿੱਲੀ ਤੱਕ ਪਹੁੰਚੇ ਹੁੰਦੇ। ਇਹੀ ਫਰਕ ਹੈ ਇਹਨਾਂ ਦੀ ਸੋਚ ਦਾ, ਇਹੀ ਫਰਕ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦਾ। ਸੋ ਕਿਸਾਨ ਭਰਾਵਾਂ ਨੂੰ, ਮਜ਼ਦੂਰ ਭਰਾਵਾਂ ਨੂੰ ਮੇਰੀ ਬੇਨਤੀ ਕਿ ਤਗੜੇ ਹੋ ਕੇ ਅਸੀਂ ਪੂਰਨ ਤੌਰ 'ਤੇ ਨਾਲ ਹੈ। ਪਹਿਲਾਂ ਵੀ ਸੰਘਰਸ਼ ਵਿੱਢਿਆ ਸੀ ਉੱਥੇ ਦਿੱਲੀ 'ਚ, ਹੁਣ ਵੀ ਜ਼ਰੂਰ ਵਿੱਢਾਂਗੇ, ਸਿਰਫ ਇਲੈਕਸ਼ਨ ਦੀ ਤਿਆਰੀਆਂ ਕਰਕੇ, ਕੁਛ ਰਜੇਵਿਆਂ ਕਰਕੇ ਘਰੇਲੂ ਨਹੀਂ ਜਾ ਸਕੇ, ਪਰ ਅਸੀਂ ਵੇਖ ਰਹੇ ਹਾਂ ਜੇ ਇਹਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਦਿੱਲੀ ਵਾਲਾ ਮੋਰਚਾ ਫਿਰ ਲਾਇਆ ਜਾਊਗਾ। ਇੱਕ ਸਾਲ ਧਰਨਾ ਸੀ ਦਿੱਲੀ ਉਦੋਂ ਲਾਇਆ ਸੀ, ਔਰ ਫਿਰ ਉਹਦੀ ਤਿਆਰੀ ਅਸੀਂ ਜ਼ਰੂਰ ਕਰਾਂਗੇ। ਸੋ ਆਓ ਸਾਰੇ ਪੰਜਾਬ ਤੋਂ ਜਿੰਨੇ ਵੀ ਸਾਡੇ NGO ਨੇ, ਜਿੰਨੇ ਸਮਾਜ ਸੇਵੀ ਹੈ, ਵੱਧ ਤੋਂ ਵੱਧ ਇਹਦੇ 'ਚ ਹਿੱਸਾ ਪਾਓ ਇਸ ਸੰਘਰਸ਼ ਦੇ ਵਿੱਚ, ਔਰ ਆਪਾਂ ਇਹ ਲੜਾਈ ਜਿੱਤਣੀ ਹੈ। ਧੰਨਵਾਦ ਜੀ, ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।